ਜੇ ਤੁਹਾਨੂੰ ਈਵਨਿੰਗ ਟਾਈਮ ਚਾਹ ਨਾਲ ਕੋਈ ਸਨੈਕਸ ਚਾਹੀਦੇ ਨੇ ਤਾਂ ਇਹ ਰੈਸਪੀ ਜ਼ਰੂਰ ਟਰਾਈ ਕਰਿਓ। ਇਹ ਬਣਾਉਣ ਵਿੱਚ ਵੀ ਆਸਾਨ ਆ ਅਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦੀ ਹੈ। ਅਤੇ ਚਲੋ ਸ਼ੁਰੂ ਕਰਦੇ ਇਸ ਨੂੰ ਬਣਾਉਣਾ। ਇਸ ਲਈ ਅਸੀਂ ਸਭ ਤੋਂ ਪਹਿਲਾਂ ਲਵਾਂਗੇ ਉਬਲੇ ਹੋਏ ਆਲੂ ਅਤੇ ਇਹਨਾਂ ਨੂੰ ਮੈਸ਼ ਕਰ ਲਾਂਗੇ। ਹੁਣ ਇਸ ਵਿੱਚ ਪਾਵਾਂਗੇ ਮੋਜਰੇਲਾ ਚੀਜ਼, ਨਮਕ ਸਵਾਦ ਅਨੁਸਾਰ, ਥੋੜ੍ਹੀ ਜਿਹੀ ਲਾਲ ਮਿਰਚ, ਕਾਲੀ ਮਿਰਚ, ਕਸੂਰੀ ਮੇਥੀ, ਕੋਰਨਸਟਾਰਚ, ਇਹ 2 ਵੱਡੇ ਚਮਚ ਪਾਉਣੇ ਅਤੇ ਨਾਲ ਸਾਰਿਆਂ ਨੂੰ ਮਿਕਸ ਕਰ ਲਾਂਗੇ। ਇਹਨਾਂ ਨੂੰ ਮਿਕਸ ਕਰਦੇ ਹੋਏ ਇੱਕ ਡੋ ਬਣਾ ਲੈਣਾ। ਇਸ ਤੋਂ ਬਾਅਦ ਥੋੜ੍ਹਾ ਜਿਹਾ ਆਟਾ ਪਾ ਕੇ ਨਾ ਸੁੱਕਾ ਇਹਨੂੰ ਵੇਲ ਲਵਾਂਗੇ। ਬੜੇ ਹਲਕੇ ਇਸ ਤੋਂ ਬਾਅਦ ਨਾਈਫ ਦੇ ਨਾਲ ਅਸੀਂ ਸਾਰੀਆਂ ਸਾਈਡਸ ਨੂੰ ਕੱਟ ਦੇਣਾ। ਅਤੇ ਫਿਰ ਅਸੀਂ ਨਾਈਫ ਦੇ ਨਾਲ ਲੰਬੇ ਲੰਬੇ ਟੁਕੜੇ ਕੱਟ ਲਾਂਗੇ। ਅਤੇ ਰੈਡੀ ਨੇ, ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇੱਕ ਪਲੇਟ ਵਿੱਚ ਰੱਖ ਲਾਂਗੇ। ਅਤੇ ਇਸ ਨੂੰ ਅਸੀਂ ਇੱਕ ਦੂਜੇ ਢੰਗ ਨਾਲ ਵੀ ਬਣਾ ਸਕਦੇ ਹਾਂ। ਬੋਟਲ ਦਾ ਨਾ ਕੋਈ ਢੱਕਣ ਲਵਾਂਗੇ ਤਾਂ ਉਸਨੂੰ ਇਸ 'ਤੇ ਉੱਪਰ ਇੱਦਾਂ ਗੋਲ ਗੋਲ ਘੁੰਮਾ ਕੇ ਕੱਟ ਲਾਂਗੇ। ਤੁਸੀਂ ਜਿਸ ਵੀ ਸ਼ੇਪ ਵਿੱਚ ਚਾਹੋ ਇਸ ਨੂੰ ਬਣਾ ਸਕਦੇ ਹਾਂ। ਅਤੇ ਹੁਣ ਅਸੀਂ ਇਸਨੂੰ ਗਰਮ ਹੋਏ ਤੇਲ ਵਿੱਚ ਫਰਾਈ ਕਰ ਲੈਣਾ। ਇੱਕ ਵਾਰੀ ਨਾ ਰੈਸਪੀ ਜ਼ਰੂਰ ਟਰਾਈ ਕਰਿਓ, ਇਸ ਨੂੰ ਬੱਚੇ ਵੀ ਬਹੁਤ ਲਾਈਕ ਕਰਦੇ ਨੇ। ਜੇ ਗੋਲਡਨ ਬਰਾਊਨ ਹੋ ਗਏ ਤਾਂ ਇਹਨੂੰ ਅਸੀਂ ਇਸਨੇ ਕੱਟ ਲਾਂਗੇ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ।